ਛੋਟਾ ਭਰਾ ਬਹੁਤ ਸੀ ਪਿਆਰ ਕਰਦਾ ਸੀ ਸਾਨੂੰ ਬਹੁਤ ਜ਼ਿਆਦਾ ਲਾਡਲਾ ਸੀ ਸਾਨੂੰ ਇੰਨਾ ਪਿਆਰ ਕਰਦਾ ਸੀ ਇੱਕ ਕੰਮ ਕਰਨਾ ਫਟਾਫਟ ਭੱਜਣਾ ਦਵਾਈ ਲਿਆਉਣੀ ਦਵਾਈ ਤਾਂ ਤੁਹਾਨੂੰ ਦਵਾਈ ਲੈ ਕੇ ਦਾ ਸਾਰਾ ਬਹੁਤ ਸੇਵਾ ਕਰਦਾ ਸੀ ਮੇਰਾ ਭਰਾ ਹੁਣ ਉਹ ਹੀ ਨਹੀਂ ਰਿਹਾ ਨਾਥ ਹੋ ਗਿਆ ਸੀ ਹੁਣ ਨਾਥ ਵਾਲਾ ਸਾਹਿਬ ਹੋ ਗਿਆ ਅਸੀਂ ਅੰਦਰ ਸੀ ਇੱਕਦਮ ਆਵਾਜ਼ ਆਈ ਬਾਹਰ ਨਿਕਲ ਗਏ जलंधर तो एक बेहद मंदभागी खबर सामने आ रही है। तुहानू दस दईए अज जलंधर दे विच फ्रिज दा कंप्रेसर लीक होने तो बाद ब्लास्ट हो गया। इस हादसे दे विच बाप ते बेटे दी मौत हो गई है। तुहानू दस दईए जलंधर दी न्यू दाणा मंडी दे नाल लगदे सतनाम नगर दे विच इह घटना वापरी है। जान गवाउण वाले बाप बेटा घर दे विच ही जिम दा समान बनाउण वाली एक फैक्टरी चलाउंदे सन। मरन वाले दी पहचान हरपाल सिंह अते उसदा बेटा जशन दे रूप दे विच होई है। घटना दे विच हरपाल सिंह दी पत्नी जशन दी मां भी बुरी तरह दे नाल झुलस गई है ते उन्हां नूं तुरंत सिविल हस्पताल दे विच भर्ती करवाया गया। फिलहाल उन्हां दी तबीयत खतरे तो बाहर है। पुलिस ने हरपाल सिंह अते जशन दी बॉडी नूं पोस्टमार्टम लई हस्पताल दे विच भेज दिता है। घटना तो बाद फोरेंसिक टीम दे वल्लों भी मौके ते जांच कीती गई। तुहानूं दस दईए सैंपल भर के इस जांच नूं अगे वधाया जा रहा है। इस जांच दे विच अगे होर वड्डे खुलासे होण दी उम्मीद जताई जा रही है। दसा जा रहा है कि परिवार के घर पहला ब्लास्ट तो बाद अग लग गई। हरपाल अपने पुत्र जशन और पत्नी नूं बचाने के लिए कमरे के वड़ गया जिथे कंप्रैसर की गैस के नाल पिता और पुत्र का दम घुट गया। उथे ही ACP निर्मल सिंह ने दसा कि घर के अंदर गैस सिलेंडर ब्लास्ट होने के नाल ये धमाका होया ते इस मंजर के बाप और बेटे की मौत हो गई है। इस संबंधी उन्हें होर की कुछ क्या आओ तुहानू सुना दिंदे हां। ब्यूरो रिपोर्ट दा ATV अते पंजाब हरियाणा लाइव। हुण दसदे भरा नूं भरा दी डैथ हो गई भतीजे दी हो गई है। छोटे भरा हुण बच्चे आ उहदे हुण साडे कमाण वाला वड्डा उही सी सारा घर बार संभालण वाला प्यो दे साल हो गया बरसी कीती माँ दी प्यो पिया 5 साल हो गए गुजरे नूं हुण पासे भावना हो गया। ਮੈਨੂੰ ਕਹਿੰਦੇ ਸੀ ਭੈਣ ਤੂੰ ਠੀਕ ਨਾ ਕਰ ਅੱਜ ਮਾਂ ਗਈ ਪਿਓ ਗਿਆ ਕੋਈ ਗੱਲ ਨਹੀਂ ਮੈਂ ਤੇਰਾ ਪਿਓ ਹੀ ਤਾਂ ਮਾਂ ਹੀ ਆ ਭਰਜਾਈਆਂ ਵੀ ਤੇਰੀ ਮਾਂ ਹੈ। ਛੋਟਾ ਭਰਾ ਬਹੁਤ ਸੀ ਪਿਆਰ ਕਰਦਾ ਸੀ ਸਾਨੂੰ ਬਹੁਤ ਜ਼ਿਆਦਾ ਲਾਡਲਾ ਸੀ ਸਾਨੂੰ ਇੰਨਾ ਪਿਆਰ ਕਰਦਾ ਸੀ ਇੱਕ ਕੰਮ ਕਰਨਾ ਫਟਾਫਟ ਭੱਜਣਾ ਦਵਾਈ ਲਿਆਉਣੀ ਦਵਾਈ ਤਾਂ ਤੁਹਾਨੂੰ ਦਵਾਈ ਲੈ ਕੇ ਦਾ ਸਾਰਾ ਬਹੁਤ ਸੇਵਾ ਕਰਦਾ ਸੀ ਮੇਰਾ ਭਰਾ ਹੁਣ ਉਹ ਹੀ ਨਹੀਂ ਰਿਹਾ ਨਾਥ ਹੋ ਗਿਆ ਸੀ ਹੁਣ ਨਾਥ ਵਾਲਾ ਸਾਹਿਬ ਹੋ ਗਿਆ ਅਸੀਂ ਅੰਦਰ ਸੀ ਇੱਕਦਮ ਆਵਾਜ਼ ਆਈ ਬਾਹਰ ਨਿਕਲ ਗਏ ਮਨਜੀਤ ਕੌਰ ਮੈਂ ਤਾਂ ਕਪੂਰਥਲੋਂ ਆਈ ਸੀ ਮਿਲਣ ਵਾਸਤੇ ਮੈਂ ਕਿਹਾ ਚੱਲ 2-4 ਦਿਨ ਆਉਂਦੀ ਇੱਕ ਕੁੜੀ ਨੂੰ ਬੁਖਾਰ 102 ਹੋ ਗਿਆ ਸੀ ਮੈਂ ਕਿਹਾ ਚੱਲ ਇੱਥੇ ਆ ਜਾਂਦੀ ਚੱਲ ਹਸਪਤਾਲ ਚੱਲ ਦਵਾਈ ਲਿਆ ਦਿੰਦੀ ਬਾਕੀ ਮੇਰੀ ਵੱਡੀ ਭੈਣ ਉੱਧਰ ਉਹਨਾਂ ਨੂੰ ਪਤਾ ਇਹ ਕੋਈ ਹੁਣ ਤੋਂ ਮਤਲਬ ਘੰਟਾ ਸਵਾ ਘੰਟਾ ਪਹਿਲਾਂ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀਗੀ ਕਿ ਇਹ ਸਤਨਾਮ ਨਗਰ ਦੇ ਵਿੱਚ ਘਰ ਦੇ ਵਿੱਚ ਅੱਗ ਲੱਗੀ ਹੈ। ਤੋ ਇਸ ਇਤਲਾਹ ਉੱਤੇ ਮੈਂ ਅਤੇ SHO 2 ਨੰਬਰ ਸਾਡੇ ਔਰ ਪੁਲਿਸ ਪਾਰਟੀ ਸਮੇਤ ਅਸੀਂ ਮੌਕੇ 'ਤੇ ਪਹੁੰਚੇ ਸੀ ਇੱਥੇ ਕਿ ਇਹ ਹਰਪਾਲ ਸਿੰਘ ਹੁੰਨਾ ਦਾ ਘਰ ਹੈਗਾ। ਤੋ ਘਰ ਦੇ ਵਿੱਚ ਹੀ ਇੱਕ ਇਹ ਛੋਟਾ ਜਿਹਾ ਕਾਰੋਬਾਰ ਜਿਹੜਾ ਇਹ ਕਰਦੇ ਹੈਗੇ ਜਿਹੜੇ ਆਪਾਂ ਵੇਟ ਜਿਮ ਦੇ ਵਿੱਚ ਵੇਟ ਲਿਫਟਿੰਗ ਦਾ ਸਮਾਨ ਹੁੰਦਾ ਉਹ ਰੈਡੀ ਕਰਦੇ ਹੈਗੇ ਆ। ਉਹ ਜਿੰਨਾ ਹੁਣ ਅਸੀਂ ਆ ਕੇ ਸਾਰਾ ਮੌਕਾ ਦੇਖਿਆ ਹੈਗਾ। ਫਿਲਹਾਲ ਅੱਗ ਜਿਹੜੀ ਆ ਉਹ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਸੀਗੀ। ਅੱਗ ਬਿਲਕੁਲ ਕੰਟਰੋਲ 'ਚ ਔਰ ਬੁੱਝ ਵੀ ਚੁੱਕੀ ਹੈ। ਤੋ ਜੋ ਅਸੀਂ ਹੁਣ ਤੱਕ ਇਸ ਕਾਰ ਅੱਗ ਦੇ ਕਾਰਨਾਂ ਨੂੰ ਲੱਭਣ ਵਾਸਤੇ ਦੇਖਿਆ ਪਾ ਕੇ ਪ੍ਰੋਪਰਲੀ ਜੋ ਅਸੀਂ ਇੰਸਪੈਕਸ਼ਨ ਕੀਤੀ ਹੈ ਸਾਈਟ ਦੀ ਤੋ ਜਿਹੜਾ ਸਿਲੰਡਰ ਹੈਗਾ ਉਹ ਵੀ ਫਟਿਆ ਹੋਇਆ ਹੈਗਾ। ਤੋ ਸਿਲੰਡਰ ਵੀ ਫਟਿਆ ਐਕਚੁਅਲ ਜਿਸ ਟਾਈਮ ਦੇ ਉੱਤੇ ਗੈਸ ਸਿਲੰਡਰ ਜਦੋਂ ਇਹ ਇੰਸੀਡੈਂਟ ਹੋਇਆ ਹੈਗਾ ਉਸ ਟਾਈਮ ਘਰ ਦੇ ਵਿੱਚ ਇਹ 3 ਜੀਅ ਸੀਗੇ ਪਰਿਵਾਰ ਦੇ ਜਿਹਨਾਂ ਦੇ ਵਿੱਚ ਹਰਪਾਲ ਸਿੰਘ ਸੀਗਾ ਉਹਨਾਂ ਦੀ ਵਾਈਫ ਸੀਗੀ ਅਤੇ ਉਹਨਾਂ ਦਾ ਬੇਟਾ ਸੀਗਾ ਔਰ ਫਿਲਹਾਲ ਆਪਾਂ ਨੂੰ ਇਹ ਕਹਿ ਦਈਏ ਕਿ ਅਨਲੱਕੀਲੀ ਜਾਂ ਅਨਫੋਰਚੁਨੇਟਲੀ ਕਿ ਉਹਨਾਂ ਦੇ ਵਿੱਚੋਂ 2 ਦੀ ਜਿਹੜੀ ਹੈਗੀ ਆ ਡੈਥ ਹੋਈ ਹੈ। ਤੋ ਜਿਹੜੀ ਉਹਨਾਂ ਦੀ ਵਾਈਫ ਹੈਗੀ ਆ ਉਹ ਅਜੇ ਅੰਡਰ ਟ੍ਰੀਟਮੈਂਟ ਹੈਗੇ ਨੇ ਹੋਸਪਿਟਲ। ਉਹ ਇਹ ਕਿੱਦਾਂ ਹੋਇਆ ਕਿ ਕੁਛ ਉੱਥੋਂ ਸਾਨੂੰ ਕਲਿਊ ਚੱਲਣਾ ਸੀਗਾ ਲੇਕਿਨ ਜਿੰਨਾ ਕੁ ਅਸੀਂ ਪ੍ਰਾਈਮੇ ਫੇਸਾਈ ਦੇਖਿਆ ਹੈਗਾ ਕਿ ਸਿਲੰਡਰ ਫਟਿਆ ਜਿਹਦੇ ਕਰਕੇ ਇਹ ਘਰ ਦੇ ਵਿੱਚ ਫਾਇਰ ਹੋਇਆ।
ਇਹ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਛੋਟੀ ਉਹ ਬੇਟਾ ਹੈਗਾ ਉਹਨਾਂ ਦਾ ਜੋਬਨਜੀਤ ਮੇਰਾ ਖਿਆਲ ਸ਼ਾਇਦ 15-16 ਹਰਪਾਲ ਸਿੰਘ ਜੋਬਨਜੀਤ ਇਹਨਾਂ ਦੋਨਾਂ ਦੀ ਡੈਥ ਹੋਈ ਹੈ ਹਰਪਾਲ ਅਤੇ ਜੋਬਨਜੀਤ ਅਤੇ ਕੋਈ ਛੋਟਾ ਬੱਚਾ ਵੀ ਸੀਗਾ ਕੋਈ ਜਿਹੜਾ ਉਹ ਜਿਹੜਾ ਜੋਬਨਜੀਤ ਆ ਉਹਨੂੰ ਹੀ ਉਹ ਮਾਈਨਰ ਬੱਚਾ ਹੈਗਾ ਮਤਲਬ 15-16 ਸਾਲਾਂ ਦਾ 17 ਦਾ ਹੋ ਸਕਦਾ ਸਿਲੰਡਰ ਫਟ ਅਤੇ ਜੋਬਨਜੀਤ ਦੀ ਉਮਰ ਕਿੰਨੀ ਕੁ ਦੱਸੀ ਜਾ ਰਹੀ ਸਰ ਅੰਦਾਜ਼ਾ ਮੈਡਮ ਮਤਲਬ 15-16 ਸਾਲ ਦੇ ਉਹ ਇਹਨਾਂ ਦੀ ਬੂਆ ਜੀ ਆ ਸਤਵੀਰ ਕੌਰ ਜਿਹੜੇ ਆਪਾਂ ਨੂੰ ਮਿਲੇ ਹੈਗੇ ਆ ਜਿਨ੍ਹਾਂ ਨਾਲ ਆਪਾਂ ਸਾਰੀ ਗੱਲਬਾਤ ਕੀਤੀ ਉਹਨਾਂ ਦੇ ਹਾਜ਼ਰੀ ਵਿੱਚ ਅਸੀਂ ਸਾਰਾ ਦੇਖਿਆ ਮੌਕਾ ਉਹਨਾਂ ਨੇ ਆਪਾਂ ਨੂੰ ਇੰਨੀ ਕੁ ਏਜ ਦੱਸੀ ਹੈਗੀ ਅੱਛਾ ਕੋਈ ਪਟਾਕਿਆਂ ਦਾ ਤਾਂ ਨਹੀਂ ਸਰ ਲੱਭਿਆ ਕੁਛ ਕਿ ਪਟਾਕਿਆਂ ਵਗੈਰਾ ਤਾਂ ਨਹੀਂ ਕੋਈ ਅੱਗ ਲੱਗੀ ਪਟਾਕਾ ਨਹੀਂ ਕੋਈ ਅੰਦਰ ਹੈ ਪਟਾਕਾ ਨਹੀਂ ਗੈਸ ਸਿਲੰਡਰ ਫਟਿਆ ਉਸ ਤੋਂ ਬਾਅਦ ਜਿਹੜੇ ਘਰ ਦੇ ਵਿੱਚ ਅੱਗ ਲੱਗੀ ਹੈ ਵੇਟ ਲਿਫਟਿੰਗ ਦੇ ਜਿਹੜਾ ਵੇਟ ਲਿਫਟਿੰਗ ਦੇ ਉਹ ਹੁੰਦੇ ਨੇ ਵੇਟ ਪਲੇਟਸ ਉਹਦੇ ਨਾਲ ਪਲੇਟਸ ਹੁੰਦੀਆਂ ਨੇ ਉਹਦੇ ਵਿੱਚ ਕੁਛ ਉਹ ਲੱਗਿਆ ਹੁੰਦਾ ਹੈਗਾ ਜਿਹਨੂੰ ਆਪਾਂ ਰਬੜ ਬੋਲਦੇ ਹਾਂ ਉਹਦੇ ਕਰਕੇ ਜਿਹੜੀ ਇਹ ਜ਼ਿਆਦਾ ਫਾਇਰ ਹੁੰਦੀ ਠੀਕ ਹੈ ਥੈਂਕ ਯੂ ਸਰ ਕਿੰਨੇ ਡੈਥ ਹੋਈ